ਡੀਐਸਪੀ ਸਾਹਿਬ ਨੂੰ ਮਗਰ ਬੈਠਣਗੇ? ਹਾਂਜੀ ਵਾਹ ਚੜਾਈ ਅੱਜ ਤਾਂ ਕਿਵੇਂ ਗੱਲਬਾਤ? ਵਧੀਆ ਗੱਲਬਾਤ ਤਾਂ ਵਧੀਆ, ਪਰ ਅੱਜ ਪੈਗ ਪੁੱਗ ਨਾ ਲਾਈ ਹੋਰ ਸ਼ਾਮ ਨੂੰ ਤਾਂ ਆਈ ਤਰੀਕ। ਹੁਣ ਤੁਸੀਂ ਸੋਚਦੇ ਹੋਵੋਗੇ ਹਰ ਰੋਜ਼ ਹੀ ਵਿਆਹ, ਹਰ ਰੋਜ਼ ਵਿਆਹ। ਦੇਖੋ ਜੀ, ਆਪਣੀ ਕੋਈ ਗਲਤੀ ਨਹੀਂ, ਸਾਡਾ ਅਮਰੀਕਾ ਵਾਲਾ ਲਾਣਾ ਆਇਆ ਹੋਇਆ, ਜਿਨ੍ਹਾਂ ਦੇ ਵਿਆਹ ਨਹੀਂ ਵੀ ਹੋਣੇ ਸੀ ਨਾ ਉਹਨਾਂ ਦੇ ਵੀ ਕਰੀ ਜਾਂਦੇ ਹੁਣ, ਵੀ ਗਾਲੀ ਵਾਰੀ ਆਉਣ ਦੀ ਲੋੜ ਨਾ ਪਵੇ। ਹੁਣ ਨਾ ਕਿਸੇ ਨੂੰ ਨਹੀਂ ਪਤਾ ਮੈਂ ਅੱਜ ਪੱਗ ਬੰਨ੍ਹ ਕੇ ਜਾਣਾ ਵਾਂ। ਫਿਰ ਅੱਜ ਅਸੀਂ ਜਾਣਾ ਵਾ ਕਿੱਥੇ ਕਿੱਥੇ? ਇੱਕ ਚਾਚੀ ਦੇ ਪਿੰਡ ਜਾਣਾ, ਇੱਕ ਡੈਡੀ ਦੇ ਨਾਨਕੇ ਜਾਣਾ, ਮਤਲਬ ਦਾਦੂ ਦੇ ਨਾਨਕੇ ਜਾਣਾ, ਇਹਨੂੰ ਉਹ ਸਿਸਟਰਸ ਬਹੁਤ ਪਸੰਦ ਆ ਆਪਣੇ ਸਿਮ ਕਰਨ ਜਸਨੀਤ, ਕਿਉਂਕਿ ਉਹ ਇਹਦੀ ਖਾਤੇਦਾਰੀ ਪੂਰੀ ਕਰਦੀਆਂ ਨੇ ਨਾ, ਮਗਰ ਮਗਰ ਹੀ ਰਹਿੰਦੀਆਂ ਨੇ ਹਮੇਸ਼ਾ ਉਹ। ਚਲੋ ਠੀਕ ਹੈ, ਹੁਣ ਇਹ ਤਾਂ ਪਤੂ ਹੀ ਆ ਚਾਚੀ ਨੂੰ ਫਾਈਟ ਕਰਨਾ ਵਾ। ਓਕੇ, ਸਪਾਈਡਰਮੈਨ ਇੰਨਾ ਛੋਟਾ ਕਿਵੇਂ ਹੋ ਗਿਆ? ਵੱਡਾ ਵਾ, ਛੋਟਾ ਵਾ? ਦਿਖਾਇਓ ਮਾੜਾ ਸਪਾਈਡਰਮੈਨ ਦਾ ਫੇਸ ਦੇਖਣਾ ਸੀ। ਹਾਂ, ਇਹਦਾ ਅੱਜ ਨਾ ਸਾਡਾ ਯਾਰ, ਚਾਚੀ ਨੂੰ ਫਾਈਟ ਕਰਨ ਲੱਗੇ। ਚਾਚੀ ਥੱਲੇ ਗਈ ਆ ਪੁੱਤ, ਚੱਲ ਠੀਕ ਹੈ, ਮੈਂ ਰੈਡੀ ਹੋ ਕੇ ਆ ਗਿਆ। ਸਲੋ ਡਾਊਨ, ਪੌੜੀਆਂ ਚ ਨੀ ਆ ਜਾਣਾ ਤੇ। ਜਿੱਪਾਂ ਲੱਗ ਗਈਆਂ ਪੁੱਤ, ਇੰਨੀ ਬੇਰੀ ਨੀ ਲਾਈ ਦੀਆਂ ਹੁੰਦੀਆਂ। ਉਹ ਬਹੁਤ ਵੱਡਾ ਲੱਗ ਗਿਆ ਤੇ ਉਹ ਥੋੜੀ ਜਿਹਾ ਘੱਟ ਲੱਗੀਆਂ ਨੇ। ਕੋਈ ਨਾ, ਮੇਰੇ ਸ਼ੂ ਪੁਰਾਣੇ ਹੋ ਗਏ ਪੁੱਤ। ਨੇਕ ਤਾਂ ਲੱਗ ਗਈਆਂ ਦੋਨੇ। ਹਾਂ ਲੱਗ ਗਈਆਂ। ਚਲੋ ਚੱਲ ਲਾ ਦੇ, ਕਿਹੜੀ ਰਹਿ ਗਈ ਲਾ ਦੇ ਫਿਰ। ਰਹਿ ਗਿਆ ਕਿਹੜਾ? ਰਹਿ ਗਿਆ ਦੋਨੇ ਜਣੇ ਥੱਕ ਗਏ। ਅਰਜਨ ਨੇ ਵੀ ਏਦਾਂ ਦੇ ਸ਼ੂ ਲੈਣੇ ਆ? ਅਰਜਨ ਨੇ ਵੀ ਲੈਣੇ ਸ਼ੂਜ ਏਦਾਂ ਦੇ? ਓਹੋ ਹੋ, ਵਿਚਾਰੇ ਨੂੰ ਘੱਟ ਕੁੱਟੋ। ਚਲੋ ਫਾਈਨਲੀ ਅੱਜ ਇੰਨੇ ਦਿਨਾਂ ਬਾਅਦ ਹਰਮਨ ਹੋਣੀ ਆਇਆ ਹੋਇਆ, ਮੈਨੂੰ ਲੱਗਦਾ 2-3 ਤਰੀਕ ਦੇ ਅੱਜ ਫਾਈਨਲੀ ਟਾਈਮ ਮਿਲ ਰਿਹਾ ਹਰਮਨ ਹੋਣਾ ਨੂੰ ਕਿ ਸਾਰੀਆਂ ਰਿਸ਼ਤੇਦਾਰੀਆਂ 'ਚ ਹੋ ਕੇ ਆਉਣਾ ਵਾ। ਹਾਏ, ਸੋ ਅੱਜ ਅਸੀਂ ਚੱਲੇ ਹਾਂ। ਚਲੋ ਹੁਣ ਆਪਾਂ ਚੱਲਦੇ ਹਾਂ ਅਤੇ ਫਿਰ ਅੱਜ ਗੱਲਾਂ ਮਾਰਦੇ। ਚਲੇ ਚਲੋ, ਚਲੇ ਚਲੋ ਐਂਜੀ, ਹੈਂਜੀ ਕੀ ਕਰਦੇ ਹੋ ਜੀ? ਅਸੀਂ ਤੁਰ ਨਹੀਂ ਲੱਗਦੇ ਸੀਗੇ, ਅਰਜਨ ਨੇ ਕੈਟ ਦੇਖ ਲਈ, ਕੈਟ ਕੋਠੇ ਚੜ ਗਈ, ਹੁਣ ਕਹਿੰਦਾ ਕੈਟ ਨੂੰ ਫੋਨ ਲਾਓ। ਕੈਟ ਦਾ ਨੰਬਰ ਕੀ ਆ? ਨਹੀਂ ਫੋਨ ਨਹੀਂ, ਕਹਿੰਦਾ ਕੈਟ ਨੂੰ ਮੈਪ ਤੇ ਦੇਖੋ। ਇਹ ਕੈਟ ਮੈਪ ਤੇ ਨਹੀਂ ਹੈਗੀ, ਕਿਉਂਕਿ ਉਹ ਉਹਦੇ ਕੋਲੇ ਕਿਹੜਾ, ਵਿਚਾਰੀ ਕੋਲੇ ਫੋਨ ਆ ਨਾ, ਉਹਦੇ ਕੋਲੇ ਨੈਟ ਆ। ਉਧਰ ਨੂੰ ਚਾਚੇ ਨੂੰ ਦੱਸ ਕੀ ਹੋ ਗਿਆ ਹੁਣ, ਕਿੱਥੇ ਦੇਖਣੀ ਆ ਕੈਟ? ਉਹ ਦੂਰ ਤੋਂ ਚੱਲ ਗਿਆ, ਪਰ ਮੈਂ ਦੇਖਣ ਜੂਗਾ। ਚਲ ਆਪਾਂ ਆ ਕੇ ਲੱਭਾਂਗੇ, ਆਪਣੇ ਘਰੇ ਆ ਜਾਣਾ, ਦੁੱਧ ਪੀਣਾ ਆਪਾਂ ਉੱਥੇ ਰੱਖ ਲੈਣੀ ਆ। ਉਦੋਂ ਲੱਭਾਂਗੇ ਆਪਾਂ ਨੂੰ, ਆ ਜਾ। ਮੈਪ ਚ ਦਿਖ ਜੂਗੀ? ਚਲ ਆ ਜਾ, ਮੈਂ ਤਾਂ ਡੈਡਾ ਨੂੰ ਕਹਿੰਦਾ, ਡੈਡੇ ਕੋਲ ਫੋਨ ਵਧੀਆ ਵਾ, ਸਾਡੇ ਕੋਲ ਤਾਂ ਫੋਨ ਐਸੇ ਵੈਸੇ ਨਾ, ਇਹ ਤਾਂ ਦਿੱਲੀ ਸਾਡੇ ਮੈਪ ਚ ਤਾਂ ਦੀਣੀ ਨਹੀਂ ਹੋਈ, ਸ਼ਾਇਦ ਤੇਰਾ ਡੈਡਾ ਵਾਲੇ ਮੈਪ ਚ ਦਿਖ ਜਾਵੇ ਭਾਈ। ਹੈ, ਆ ਜਾ।
आ जा। हरमन गड्डी भी है पहली बारी चलाने लग गया कहना गियर बालिया भाई मुर्गी है पिंजी नहीं है। हेलो अर्जुन, अर्जुन तो सो गया चाचा, अर्जुन नींद आ रही है। गुड नाइट का एक्शन देगा जदी जदी पूरा पूरा एक्टर पूरा है भी। आप तो जानी ना है पहला सुता पे आया सी बट वो शीशे च देखा टर्न पे दंदियां कट। चलो उठ सीधा के बैठ पुत्र, उठ जा, एक्टिंग इज ओवर, ओवर ओवर हो गया, इज ओवर। ਅਸੀਂ ਆ ਗਏ ਡੈਡੀ ਦੇ ਨਾਨਕੇ ਤੇ ਇਹ ਹੈਗੀ ਆ ਮੇਰੀ ਸਿਸਟਰ ਤੇ ਅਰਜਨ ਦੀ ਭੂਆ। ਅਰਜਨ ਅਰਜਨ ਨੂੰ ਤਾਂ ਘਾਹ ਪਸੰਦ ਹੈਗਾ, ਹੌਲੀ ਹੌਲੀ ਪੁੱਤ ਹੌਲੀ, ਪਹਿਲਾਂ ਇੱਕ ਬਾਜੀ ਤੇਰੀ ਪੈ ਗਈ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਧਰ ਜਹਾਜ਼, ਕਿੱਧਰ ਗਿਆ ਆਪਣਾ ਪਤਾ ਨਹੀਂ, ਇੱਧਰ ਹੀ ਜਹਾਜ਼। ਅਰਜੁਨ ਧਿਆਨ ਨਾਲ ਦੇਖ, ਉੱਚਾ ਨਹੀਂ, ਲੋਲੀਪੋਪ ਖਾਣਾ ਵਾ, ਬਵਨ ਲੈ ਕੇ ਦੇ ਉੱਪਰ ਪਿਆ, ਇੱਥੇ ਆ ਜਾ ਬੈਡ ਤੇ ਪਿਆ ਉਹਦੇ। ਵੈਸੇ ਹੁਣ ਇੱਕ ਗੱਲ ਆ, ਡੈਡੀ ਨੇ ਆਪਦੇ ਮਾਮੇ ਦੇ ਸਿਰ 'ਤੇ ਪੂਰੀ ਐਸ਼ ਕੀਤੀ ਸੀ ਉਹ ਟਾਈਮ 'ਚ, ਮਾਮੇ ਵਾਲੇ ਬੁਲਟ, ਮਾਮੇ ਵਾਲੀ ਫੀਏਟ, ਪੂਰੀ ਕਮਾਈ ਸੀ। ਹਾਂ ਅਰਜਨ, ਤੂੰ ਹਾਊਸ ਲਾਈਕ ਕੀਤਾ, ਬਿਗ ਹਾਊਸ ਹੈ, ਹੈ ਉੱਪਰ ਜਾਣਾ ਤੈਂ, ਉੱਪਰ ਜਾਣਾ ਲਾਈਕ ਕਰਦਾ ਇਹ, ਜੇ ਮੈਂ ਕਹਿੰਦੇ ਨੇ ਪੁੱਠਾ ਹੀ ਚੱਲਦਾ ਸਾਡਾ ਪੁੱਠਾ ਥੋੜਾ ਜਿਹਾ, ਉੱਪਰ ਬਾਅਦ ਚੋਂ ਚੱਲਾਂਗੇ, ਪਹਿਲਾਂ ਤਾਂ ਇੱਥੇ ਖੇਡ ਲੈ। ਅਰਜਨ ਦੀ ਭੂਆ ਨੇ ਅਰਜਨ ਨੂੰ ਬਹੁਤ ਕੁਝ ਖਾਣ ਨੂੰ ਦਿੱਤਾ, M&M, ਕਿੰਡਰ ਜੋਏ, ਲੋਲੀਪੋਪ, ਚੋਕਲੇਟ, ਜੈਲੀ ਲੋਲੀਪੋਪ। ਓਕੇ ਬ੍ਰੋ, ਓਕੇ ਬ੍ਰੋ, ਛੱਡ ਦੇ ਚੱਲ ਤੂੰ ਰਹਿ ਪਾ, ਫਿਰ ਅਸੀਂ ਚਲੇ ਜਾਂਦੇ, ਅਸੀਂ ਤੈਨੂੰ ਜਹਾਜ਼ ਜਾਂਦੇ ਹੋਏ ਲੈ ਜਾਂਗੇ ਅਸੀਂ। ਅਰਜਨ ਦਾ ਜਾਣ ਨੂੰ ਜੀ ਨੀ ਕਰਦਾ, ਦਾਦੂ ਕੋਲ ਰਹਿ ਪਾ, ਪਹਿਲਾਂ ਕਿੱਥੇ ਲੱਗੇ ਆ। ਚਲੋ ਵੀ ਉਹਦਾ ਪਹੁੰਚਾਉਂਦੇ ਗਾਣ, ਬਈ ਦਾਦੂ ਦੇ ਨਾਨਕੇ ਇੰਨਾ ਜੀ ਲਾ ਗਿਆ ਹੁਣ, ਦਾਦੂ ਨੇ ਵੀਡੀਓ ਦੇਖ, ਤੈਨੂੰ ਕੱਲ ਨੂੰ ਫਿਰ ਲੈ ਆਉਣਾ ਕੋਈ ਨਾ, ਪਹਿਲੀ ਵਾਰੀ ਰੋਇਆ ਉਦਣ ਦਾ ਅੱਜ ਇਹ, ਕਿਸੇ ਵੀ ਘਰੇ ਜਾ ਕੇ ਉਹਦੇ ਘਰੇ ਜਾਣਾ ਸੀ। ਕੋਈ ਨਾ, ਆਪਾਂ ਦਾਦੂ ਦਾ ਫੇਰ ਆ ਜਾਗੇ, ਦਾਦੂ ਨਾਲ ਆ ਜੀ ਕੱਲ ਨੂੰ। ਅਸੀਂ ਬਈ ਹੰਸਾ ਪਹੁੰਚ ਗਏ, ਉਹ ਕੀ ਕਰ ਰਹੇ ਹੋ ਤੁਸੀਂ ਦੋਨੀ? ਅਸੀਂ ਨਾ ਸਾਈਕਲ ਜੇ ਲੱਭਦੇ, ਕਿਹੜੇ ਸਾਈਕਲ? ਉਹ ਆ ਜੀ ਦਿਖਾਈ, ਦਿਖਾਓ। ਅਰਜੁਨ ਦਾ ਜੀ ਲੱਗ ਗਿਆ। ਅੱਛਾ ਤੇ 3 ਸਰਕਲਸ ਕਿਹਨੇ ਲਕੋਏ ਹੋਏ ਆ? ਅੱਛਾ ਉਹੀ ਖੋਏ ਹੋਏ ਆ, ਓਕੇ ਠੀਕ ਆ। ਅਰਜੁਨ ਅਰਜੁਨ ਚੱਲੀਏ ਆਪਾਂ ਹੁਣ, ਨਹੀਂ ਆਪਾਂ ਚੱਲੀਏ ਹੁਣ, ਨਹੀਂ ਸਮਝ ਨੀ ਆਈ ਮੈਨੂੰ ਕੀ ਕਹਿ ਗਏ, ਬੈਠਾ ਪਿਆ ਡੈਡਾ ਹਲੇ, ਡੈਡਾ ਉੱਠਦਾ ਵਾ, ਉਹ ਤੇਰੀ ਵੇਟ ਕਰਦਾ ਵੀ ਤੂੰ ਕਿੰਨਾ ਕੀ ਟਾਈਮ ਖੇਡਣਾ ਹੋਰ।
ਸੋ ਗੱਡੀ ਪੂਰੀ ਲੋਡ ਆ, ਪੰਮਾ ਵੀ ਸਾਡੇ ਨਾਲ ਚੱਲਿਆ, ਪਿੰਦਰ ਤੇ ਮੈਂ ਤਾਂ ਜਮਾ ਹੀ ਸੀਟ ਦਾ ਇੱਥੇ ਕੋਲੇ ਦੀ। ਹੁਣ ਆਪਾਂ ਚੱਲਦੇ ਆ ਘਰ ਨੂੰ। ਇੱਕ ਹੁਣ ਆੜੀ ਅਰਜਨ ਦੀ ਨਾ ਪੰਮੇ ਨਾਲ ਪੈ ਗਈ। ਮੈਂ ਖੇਡ ਲਾ ਤੁਹਾਡੇ ਨਾਲ। ਨੋ ਚਲੋ ਮੈਂ ਡੈਡਾ ਨਹੀਂ ਸੋਰੀ ਬ੍ਰੋ। ਮਾਮੇ ਨੇ ਖੇਡਣਾ ਹੁਣ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਬਹੁਤ ਦਿਨ ਹੋ ਗਏ ਵੈਦਰ ਰਿਪੋਰਟ ਨਹੀਂ ਦਿੱਤੀ ਆਪਾਂ। ਅੱਜ ਪੰਜਾਬ ਦੇ ਵਿੱਚ ਹਲਕੇ ਹਲਕੇ ਜਿਹੇ ਬੱਦਲਾਂ ਤੇ ਥੋੜ੍ਹੀ ਥੋੜ੍ਹੀ ਜਿਹੀ ਧੁੰਦ ਆ। ਤੇ ਅੱਜ ਵਾਲੀ ਵੀਡੀਓ ਹੈ ਤਾਂ ਫਿਰ ਇੱਕ ਵਿਆਹ ਦੇ ਬਾਰੇ ਹੀ ਆ, ਬਟ ਅੱਜ ਵਾਲੀ ਵੀਡੀਓ 'ਚ ਇੱਕ ਸਰਪ੍ਰਾਈਜ਼ ਹੋਊਗਾ। ਪਹਿਲਾਂ ਮੈਂ ਉਹ ਸਰਪ੍ਰਾਈਜ਼ ਰੈਡੀ ਕਰਦਾ। ਸੋ ਕਿਵੇਂ ਲੱਗਿਆ ਸਰਪ੍ਰਾਈਜ਼ ਕਮੈਂਟ ਕਰਕੇ ਥੋੜਾ ਜਰੂਰ ਦੱਸਿਓ। ਹੈ ਮਾਂਗਣਾ ਚਿੱਬ ਕੱਢੇ ਪਏ ਆ ਤੇ ਆਪਦੀ ਤੇਰੀ ਵਾਹ ਵੀ ਕਰੀ ਜਾਂਦੇ। ਬਾਕੀ ਮਾੜੀ ਮਾੜੀ ਗਰਦਨ ਜੀ ਔਖੀ ਹਿਲਦੀ ਆ, ਬਾਕੀ ਸਾਰਾ ਪੂਰਾ ਠੀਕ ਆ। ਜਿੰਦੀ ਨਾ ਪਿੰਦਰ ਨੇ ਪੱਗ ਬੰਨੀ, ਪਿੰਦਰ ਦੀ ਆਇਆ ਜਿਵੇਂ ਧੌਣ 'ਚ ਕਿੱਲ ਪਾ ਹੁੰਦਾ ਐ ਹੀ ਖੜੇ ਨੇ। ਹੁਣ ਨਾ ਕਿਸੇ ਨੂੰ ਨਹੀਂ ਪਤਾ ਮੈਂ ਅੱਜ ਪੱਗ ਬੰਨ ਕੇ ਜਾਣਾ ਵਾਂ। ਮੰਮੀ ਡੈਡੀ ਦੇ ਰਿਐਕਸ਼ਨ ਦਾ ਆਪਾਂ ਉਹਨੀ ਦੇਖ ਲੈਣੇ ਆ। ਹਰਮਨ, ਭਾਬੀ, ਅਰਜਨ ਤੁਹਾਨੂੰ ਪਤਾ ਹੀ ਆ ਪਰਸੋਂ ਦੇ ਗਏ ਹੋਏ ਆਪਣੇ ਨਾਨਕਿਆਂ ਨੂੰ, ਜਿਨ੍ਹਾਂ ਨੇ ਪੰਮੇ ਵਾਲਾ ਵਲੋਗ ਨਹੀਂ ਦੇਖਿਆ, ਸ਼ਾਇਦ ਉਹਨੂੰ ਨਾ ਪਤਾ ਹੋਵੇ ਪੰਮੇ ਵਾਲੇ ਵਲੋਗ 'ਚ ਉਹ ਚਲੇ ਗਏ ਸੀ ਨਾਨਕਿਆਂ ਨੂੰ। ਜਿਹਨੇ ਪੰਮੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਿਓ ਹੈ। ਹੁਣ ਕਦੇ ਕਦੇ ਮੇਨ ਗੱਲ ਉੱਧਰ ਰਹਿ ਜਾਂਦੀ ਆ। ਤੇ ਬਾਕੀ ਸਾਰਾ ਕੁਝ ਵਧੀਆ, ਮੈਚਿੰਗ ਵੀ ਆਪਾਂ ਕਰ ਲਈ। ਪਵਨ ਨੇ ਵੀ ਸੂਟ ਕੋਈ ਹੋਰ ਪਾਉਣਾ ਸੀਗਾ, ਫਿਰ ਮੇਰੀ ਪੱਗੇ ਚੱਕਰ 'ਚ ਕਹਿੰਦੀ ਕੋਈ ਨਾ ਮੈਂ ਵੀ ਰੈਡੀ ਪਾ ਲੈਂਦੀ। ਚਲੋ ਆਓ ਚੱਲੀਏ। ਹੁਣ ਲੱਗਦਾ ਨਾ ਡੀਐਸਪੀ ਦੇਖਿਓ ਮੁੱਖ ਮੰਤਰੀ ਨਾਲ ਲੱਗਦਾ। ਅਮਾ ਦੇਖੋ ਤਾਂ ਫਿਰ ਬਹੁਤ ਵਧੀਆ, ਰੋਜ਼ ਹੀ ਬਣਿਆ ਕਰਦਾ, ਰੋਜ਼ ਹੀ ਬਣਿਆ ਕਰਦਾ, ਬਹੁਤ ਸਰਦਾਰ ਲੱਗਦਾ ਹੈ। ਸਰਦਾਰ ਲੱਗਦਾ ਬਸ ਸੁਣ ਨਹੀਂ ਦੱਬਦੇ ਇਹਦਾ ਮਤਲਬ, ਪੂਰੇ ਸੁਣ ਲੱਗਦੇ ਨੇ ਜਿਹੜੇ ਮੰਮੀ ਮੇਰੀ ਗੱਲ ਸੁਣ ਪਾਣ ਹੈ ਮੇਰੀ ਤਾਂ ਪਸੰਦ ਪਾਗਾ ਬਹੁਤ ਵਧੀਆ। ਅੱਛਾ ਆਏ ਕਰ ਬਾਹਰ ਕੁਰਸੀ ਡਾ ਮੇਰੀ, ਰੋਟੀ ਪਾਣੀ ਚਾਹ ਦੁੱਧ ਕੁਰਸੀ ਤੇ ਆਵੇ। ਹਾਂ ਅੱਜ ਨਹੀਂ ਦੱਬਦੇ ਯਾਰ ਉਹਨੇ ਇਹਦਾ ਫੁੱਲ ਛੱਕ ਜਾਂਦੇ ਆ। ਡੈਡੀ ਗੱਡੀ ਲੈ ਕੇ ਧਰਨਾ ਗਿਆ, ਡੈਡੀ ਤੋਂ ਪਾਉਣ ਚਲੇ ਗਏ ਹੁਣ ਗੱਡੀ ਨਹੀਂ ਤੇਲ ਪਾਉਣ ਗਏ। ਡੈਡੀ ਵੀ ਆ ਗਿਆ ਘਰੇ, ਡੈਡੀ ਤੋਂ ਪੁੱਛਦੇ ਹੁਣ। ਡੈਡੀ ਜੀ ਵਾਹ ਚੜਾਈ ਅੱਜ ਤਾਂ, ਕਿਵੇਂ ਗੱਲਬਾਤ? ਵਧੀਆ ਗੱਲਬਾਤ ਤਾਂ ਵਧੀਆ, ਪਰ ਅੱਜ ਪੈਗ ਪੁੱਗ ਨਾ ਲਾਈ ਹੋਰ ਸ਼ਾਮ ਨੂੰ ਤਾਂ ਆਈ ਤਰੀਕ। ਨਾ ਨਾ ਆਪਾਂ ਨਹੀਂ, ਆਪਾਂ ਪੈਗ ਲਾਉਂਦੇ ਨਹੀਂ ਕਦੇ ਵੀ। ਸਿਆਣੇ ਬੰਦੇ ਬਣ ਕੇ ਰਹਿਣਾ। ਚਲੋ ਠੀਕ ਹੈ, ਡੀਐਸਪੀ ਸਾਹਿਬ ਨੂੰ ਮਗਰ ਬੈਠਣਗੇ। ਹਾਂਜੀ ਕੋਈ ਬੋਡੀ ਗਾਰਡ ਚਾਹੀਦਾ ਨਾਲ? ਨਾ ਬੋਡੀ ਗਾਰਡ ਤੈਨਾਂ ਨਾਲ ਆਲਰੇਡੀ ਹੈ ਤੇ ਗਿਆ। ਚਲੋ ਵੀ ਟਾਈਮ ਦੁਪਹਿਰ ਦੇ 12 ਵੱਜ ਗਏ, ਕੱਲ ਦਾ ਸੂਰਜ ਨਿਕਲਿਆ, ਹੁਣ ਵੀ ਐਂ ਲੱਗਦਾ ਲੈ 9-10 ਵਜੇ ਹੋਣਗੇ। ਕਿਉਂ ਵੀ ਤੇ ਇਸੇ ਖੁਸ਼ੀ ਵਿੱਚ ਐਂ ਕਰੋ, ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਵੀ ਕਰ ਦਿਓ। ਤੇ ਹੁਣ ਐਂ ਕਰਦੇ ਆ ਆਪਾਂ, ਤੁਹਾਨੂੰ ਆਪਾਂ ਪੈਲਸ ਤੇ ਜਾ ਕੇ ਫੇਰ ਹੀ ਮਿਲਦੇ ਆਂ। ਹੁਣ ਤੁਸੀਂ ਸੋਚਦੇ ਹੋਵੋਗੇ ਹਰ ਰੋਜ਼ ਹੀ ਵਿਆਹ, ਹਰ ਰੋਜ਼ ਹੀ ਵਿਆਹ। ਦੇਖੋ ਜੀ ਆਪਣੀ ਕੋਈ ਗਲਤੀ ਨਹੀਂ, ਸਾਡਾ ਅਮਰੀਕਾ ਵਾਲਾ ਲਾਣਾ ਆਇਆ ਹੋਇਆ, ਜਿਨ੍ਹਾਂ ਦੇ ਵਿਆਹ ਨਹੀਂ ਵੀ ਹੋਣੇ ਸੀ ਨਾ ਉਹਨਾਂ ਦੇ ਵੀ ਕਰੀ ਜਾਂਦੇ ਹੁਣ, ਵੀ ਗਾਲੀ ਵਾਰੀ ਆਉਣ ਦੀ ਲੋੜ ਨਾ ਪਵੇ। ਕਿਉਂ ਵੀ ਹਲੇ ਜੇ ਐਤਕੀ ਨਾ ਹੋਏ ਫਿਰ 2 ਸਾਲ ਰੁਕਣਾ ਪੈਣਾ, ਹਲੇ ਇੱਕ ਵਿਆਹ ਕਹਿੰਦੇ ਹੋਰ ਰਹਿੰਦਾ। ਇੱਧਰ ਸਾਡੇ ਦੇ ਗਰੀਬ ਬੰਦੇ ਤੇਲ ਬਹੁਤ ਥੱਕ ਜਾਣਗੇ ਭਰਾਵੋ, ਇੱਕ ਤਾਂ ਦੂਰ ਬਹੁਤ ਹੋ, 2 ਘੰਟੇ 'ਚ ਪਹੁੰਚਦੇ ਆ।
ਬਚਾਲੇ ਕਰੋ ਮੈਨੂੰ ਫਿਰ। ਹੁਣ ਵੀ ਆਪਣਾ ਸ਼ਗਨ ਪੈ ਗਿਆ, ਰੋਟੀ ਖਾ ਲਿਆ, ਆਪਾਂ ਜਾਣ ਲੱਗੇ ਆ। ਤੂੰ ਪਹਿਲਾਂ ਹੀ ਬਾਹਰ ਕਹੀ ਜਾਂਦਾ, ਤੂੰ ਵੀ ਅੱਜ ਘਰੇ ਆਉਣਾ, ਤੂੰ ਬਾਹਰ ਜਾਣਾ ਵੀ ਪਹਿਲਾਂ ਜਾਣਾ, ਬਸ ਛੱਡ ਦੇ ਕੇ ਨਾ। ਬਾਏ ਬਾਏ, ਚੰਗਾ ਵੀ ਕਾਸੀ, ਓਕੇ ਜੀ, ਬਾਏ ਬਾਏ, ਓਕੇ, ਸੀ ਯੂ। ਹੁਣ ਜੋਧਾ ਕਦੋਂ ਆਏਗਾ? ਆ ਗਿਆ ਬਸ ਇੱਕ ਦੋ ਦਿਨ ਜਾਣਾ। ਹੁਣ ਤਾਂ ਜੋਧਾ ਦੇ ਰਾਹ ਭੁੱਲ ਗਏ। ਨਹੀਂ ਨਹੀਂ ਭਾਜੀ, ਆ ਰਹੇ ਹਾਂ, ਮੈਂ ਅੰਕਲ ਕੋਲ ਆ ਰਹੇ ਇੱਕ ਦੋ ਦਿਨ ਚ। ਬਾਈ ਦੇਖਾਂਗੇ ਦੋ ਦਿਨ ਚ ਆਉਂਦਾ ਕਿ ਨਹੀਂ ਆਉਂਦਾ। ਇੱਕ ਦੋ ਦਿਨ ਮੈਂ ਤੇ ਆ ਰਿਹਾ। ਹਾਂ ਦੇਖਾਂ, ਅਸੀਂ ਦੋ ਦਿਨ ਕਾ ਦੇਖੇ ਆਉਂਦਾ ਕਿ ਨਹੀਂ ਆਉਂਦਾ। चलो भाई चलिए। लो भी अर्जुन सवेरे सवेरे आ गया, हुणे जाके चाचे नूं उठा लू। चल अर्जुन, चाचे नूं की कहेगा? चाचे नूं सरप्राइज दे दे जाके। चल चल, किथे पिया चाचू? इधर दी हो नहीं पिया चाचू। चढ़ जा बेड ते, चढ़ जा। सरप्राइज। ओहो, चाचा बोलता ही नहीं। ही पता की कहता, चाची चाचा कित्थे आ? चल जी। ओहो, चाचे नू नहीं सी मिलना, इन्हें टीवी देखना वा। ले मैं ला दवा शूज। वाह, अर्जुन का बड़ा स्मार्ट हो गया है। पेजा पेजा पेजा, सत श्री अकाल। तो बुलाई नहीं अर्जुन। ਕੱਲ ਬਹੁਤ ਟਾਈਮ ਬਾਅਦ ਇੰਨੇ ਲੰਬੇ ਟਾਈਮ ਲਈ ਪੱਗ ਬੰਨੀ ਸੀ, ਮੇਰਾ ਸਿਰ ਦੁਖ ਗਿਆ ਸਾਰੀ ਰਾਤ। ਤੇ ਬਾਕੀ ਪਹਿਲਾਂ ਤਾਂ ਅਰਜੁਨ ਹੋਣਾ ਨੇ ਕੱਲ ਰਾਤ ਹੀ ਆ ਜਾਣਾ ਸੀਗਾ, ਬਟ ਫੇਰੇ ਉੱਥੇ ਭੰਗੜਾ ਪਾਉਣ ਚ ਬਿਜ਼ੀ ਹੋ ਗਏ। ਕੀ ਕਰਨਾ? ਭੰਗੜਾ ਪਾਉਣੇ। ਆਪਾਂ ਭੰਗੜਾ ਪਾਉਣਾ। ਓਕੇ, ਸਾਰੇ ਜਾਣੇ ਕੀ ਕਰਦੇ ਆ? ਹੁਣ ਇਹ ਗੇਮਾਂ ਖੇਡਣ ਤੇ ਬਿਜ਼ੀ ਹੋ ਗਿਆ। ਤੇ ਅਰਜੁਨ ਦੀ ਚਾਚੀ ਭਾਂਡੇ ਧੋਂਦੀ ਹੈ। ਉਹ ਚਾਚੀ ਕੋਲ ਵੀ ਮਾਰੀਓ ਗੇਮ। ਵਾਟ? ਹੈਲੋ ਹੈਲੋ, ਅੱਜ ਚਾਚਾ ਤੇ ਚਾਚੀ ਨੇ ਚਲੇ ਜਾਣਾ ਯਾਰ। ਹੈ, ਅੱਜ ਅਸੀਂ ਚਲੇ ਜਾਣਾ ਮਾਮੇ ਕੋਲੇ, ਤੇਰੇ ਕੋਲੇ।
ਮਾਮਾ ਪੁੱਤ ਆਪਣੇ ਘਰੇ ਆ ਅਰਜਨ ਦੀ ਇੱਕ ਗੱਲ ਆ ਹੱਥ 'ਚ ਉਹਦੇ ਫੋਨ ਹੋਵੇ ਫਿਰ ਉਹ ਕਿਸੇ ਨਾਲ ਗੱਲ ਨਹੀਂ ਕਰਦਾ ਜਿਵੇਂ ਜੇ ਉਹ ਆਪਦੇ ਨਾਨਕੇ ਹੋਵੇ ਤਾਂ ਉਹਦੇ ਫਰੈਂਡ ਨੇ ਗਰਨੂਰ ਮਤਲਬ ਹਰਮਨ ਉਹਨਾਂ ਦੇ ਭਾਬੀ ਦੇ ਮਾਮੇ ਦੇ ਮੁੰਡੇ ਦੇ ਕਾ ਮੁੰਡੇ ਅਤੇ ਫਿਰ ਕਿਸੇ ਨੂੰ ਨਹੀਂ ਬੁਲਾਉਂਦਾ ਕੱਲ੍ਹ ਵਿਆਹ ਤਾਂ ਹੀ ਨਾ ਵੀਡੀਓ ਘੱਟ ਬਣਾਈ ਸੀ ਜਦੋਂ ਕੋਈ ਡਿਸਟਰਬ ਕਰਦਾ ਉਦੋਂ ਫਿਰ ਖਿੱਚ ਜਾਂਦਾ ਇਸ ਕਰਕੇ ਇਹਨੂੰ ਹੁਣ ਉਹ ਗੇਮ 'ਚ ਚਲੋ ਠੀਕ ਆ ਹੁਣ ਆਪਾਂ ਐਂ ਕਰਦੇ ਹਾਂ ਆਹ ਵਲੌਗ ਕਰਦੇ ਹਾਂ ਇੱਥੇ ਸਮਾਪਤ ਜੇ ਵਲੌਗ ਵਧੀਆ ਲੱਗਾ ਹੈ ਵਲੌਗ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਹਾਂ ਇਹ ਗੱਲ ਸੱਚ ਹੋ ਰਹੀ ਸੀ ਵਿੱਚ ਹੀ ਹੁਣ ਤੁਸੀਂ ਕਹਿਣਾ ਤੁਸੀਂ ਕੱਲ੍ਹ ਵਾਲੇ ਵਲੌਗ 'ਚ ਮਤਲਬ ਅੱਜ ਵਾਲੇ ਵਲਾਹੀ ਵਲੌਗ 'ਚ ਤੁਸੀਂ ਵਿਆਹਲੀ ਕੁੜੀ ਫੇਰ ਨਹੀਂ ਦਿਖਾਈ ਦੇਖੋ ਜੀ ਜਿਹੜਾ ਤਾਂ ਆਪਾਂ ਨੂੰ ਕਹਿੰਦਾ ਵੀ ਤੁਸੀਂ ਹਾਂ ਦਿਖਾ ਦਿਉ ਸਾਨੂੰ ਕੋਈ ਚੱਕਰ ਨਹੀਂ ਮਤਲਬ ਅਸੀਂ ਕਿਸੇ ਤੋਂ ਪੁੱਛਦੇ ਵੀ ਨਹੀਂ ਹੈਗੇ ਜਿਹੜਾ ਸਾਨੂੰ ਆਪੇ ਹੀ ਕਹਿ ਦਿੰਦਾ ਵੀ ਤੁਸੀਂ ਦਿਖਾ ਸਕਦੇ ਸਾਨੂੰ ਦਿਖਾ ਦਿਓ ਸਾਨੂੰ ਆਪਣੀ ਵੀਡੀਓ 'ਚ ਲੈ ਲਿਓ ਉਹਨਾਂ ਨੂੰ ਆਪਾਂ ਵੀਡੀਓ 'ਚ ਲੈ ਲਈਦਾ ਅਦਰਵਾਈਜ਼ ਆਪਾਂ ਨਹੀਂ ਲੈਂਦੇ ਭਾਈ ਹੈ ਨਾ ਕਿਉਂਕਿ ਸਾਡਾ ਕੰਮ ਹੈ ਬਹੁਤ ਵਾਰੀ ਕਿਹਾ ਸਾਡਾ ਕੰਮ ਕਿਸੇ ਹੋਰ ਦਾ ਕੰਮ ਨਹੀਂ ਹੈਗਾ ਅਤੇ ਹਾਂ ਜਿਹੜੀ ਪਿਛਲੀ ਵੀਡੀਓ ਆਪਾਂ ਇੱਕ ਬਣਾਈ ਸੀਗੀ ਪੂਰਾ ਚੰਗੀ ਤਰ੍ਹਾਂ ਸਿਨਮੈਟਿਕ ਉਹ ਆਪਾਂ ਨਾ ਉਹਦੇ ਵਿੱਚ ਕੋਈ ਪੈਸਾ ਨਹੀਂ ਕਮਾਇਆ ਉਹ ਆਪਣੀ ਵੀਡੀਓ ਕਹਿੰਦੇ ਹੁੰਦੇ ਆ ਉਹ ਮੋਨੋਟਾਈਜੇਸ਼ਨ ਆਫ ਵਾਲੀ ਵੀਡੀਓ ਸੀਗੀ ਹਾਂ ਉਹ 'ਚ ਕਾਪੀਰਾਈਟ ਕਲੇਮ ਲੈ ਆ ਉਹ ਬਸ ਉਈ ਚਾਹ ਸੀਗਾ ਉਹ ਮੁੰਡੇ ਨੂੰ ਵੀ ਮੈਨੂੰ ਵੀ ਅਤੇ ਆਪਾਂ ਵਧੀਆ ਕਰਕੇ ਪਾ ਤੀ ਵੀਡੀਓ ਚਲੋ ਠੀਕ ਆ ਓਕੇ ਮਿਲਦੇ ਹਾਂ ਫਿਰ ਆਪਾਂ ਨੂੰ ਤੁਹਾਨੂੰ ਅਗਲੀ ਗਿਰੀ ਅਰਜਨ ਸੇ ਬਾਏ ਬਾਏ ਅਰਜਨ ਸੇ ਬਾਏ ਬਾਏ ਕਿਵੇਂ ਫੋਨ ਖੋਲ ਲੈਣਾ ਨਹੀਂ ਨਹੀਂ ਫਿਰ ਬਾਏ ਬਾਏ ਕਹਿ ਪਹਿਲਾਂ ਬਾਏ ਬਾਏ